ਇਹ ਆਪਣੇ ਵਾਲੇ ਕਮਰੇ 'ਚ ਆ ਗਏ ਆਪਾਂ। ਇਹ ਸਾਡੇ ਵਾਲਾ ਕਮਰਾ ਹੁੰਦਾ ਸੀਗਾ। ਆਹ ਡੈਡੀ ਹੁਣਾਂ ਦੇ ਹੱਥਾਂ ਦੇ ਪੱਲੇ ਚੜੇ ਹੋਏ ਆ ਸਾਰੇ, ਹੁਣ ਟੁੱਟ ਟੁੱਟ ਗਏ, ਕੀ ਕਰਨਾ, ਮਾਲੇ ਬੋਲੇ ਛੱਤਾਂ ਛੱਤਾਂ ਸਭ ਲਾਹਤੀਆਂ ਨੇ। ਆਹ ਵੇਖੋ ਭਾਅ ਜੀ, ਬਾਥਰੂਮ ਬਣੇ ਹੋਏ ਪੁਰਾਣੇ, ਸਭ ਟੁੱਟ ਟੁੱਟ ਗਏ ਹੁਣ ਤੇ। ਇੱਥੇ ਨਿੱਕੇ ਹੁੰਦੇ ਤੇ ਮੇਰੇ ਪੈਰ ਲਵਾਏ ਸੀ ਡੈਡੀ ਹੁਣਾਂ ਨੇ ਉਹ ਤੇ। ਡੈਡੀ ਜੀ ਹੋ ਗਏ ਤਿਆਰ, ਅਤੇ ਉਹ ਕੈਲੰਡਰ ਜਿਹੜਾ ਮਾਮਾ ਜੀ ਨੇ ਦਿੱਤਾ ਸੀਗਾ, ਡੈਡੀ ਜੀ ਨੇ ਉਹ ਲਗਾ ਦਿੱਤਾ ਸਾਹਮਣੇ, ਬਹੁਤ ਪਿਆਰਾ ਲੱਗ ਰਿਹਾ। ਮੈਂ ਵੀ ਤਿਆਰ ਹੋ ਗਿਆ। ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਇਹਦੇ ਨਵੇਂ ਵਲੌਗ ਦੇ ਵਿੱਚ। ਅਤੇ ਅੱਜ ਜਿਵੇਂ ਤੁਹਾਨੂੰ ਪਤਾ ਖੰਡਪੁਰ ਸਾਹਿਬ ਦਾ ਭੋਗ ਪੈਣੇ ਨੇ, ਉੱਧਰੋਂ ਮੰਮੀ ਹੋਣਾਂ ਨੇ ਵੀ ਆਉਣਾ, ਪਰ ਉਹਨਾਂ ਥੋੜ੍ਹਾ ਲੇਟ ਹੋ ਜਾਣਾ ਹੈ ਉਹਨਾਂ ਦੇ, ਕਿਉਂਕਿ ਬੱਚਿਆਂ ਦੇ ਪੇਪਰ ਆ, ਉਹਨਾਂ ਨੇ 12:30 ਵਜੇ ਨਾਲ ਪੇਪਰ ਪਾਉਣਾ ਹੈ। ਅਤੇ ਹੋ ਸਕਿਆ ਜੇ ਪਿੰਡ ਆ ਜਾਣਗੇ ਨਾ, ਹੋ ਸਕਿਆ ਉੱਥੇ, ਅਤੇ ਫਿਰ ਇੱਥੇ ਬਟਾਲੇ ਦੇ ਆਉਣਗੇ ਜੀ। ਅਤੇ ਕਿਰਨ, ਆਪਣਾ ਕਿਰਨ ਦੀਦੀ ਨੂੰ ਵੀ ਠਹਿਰ ਕੇ ਆਉਣਗੇ 10-15 ਮਿੰਟ, ਕਿਉਂਕਿ ਉਹਨਾਂ ਮਿਸਤਰੀ ਲਗਾਏ ਆ, ਉਹ ਇੱਥੋਂ ਮਿਸਤਰੀ ਮਿਸਤਰੀ ਆਪਣਾ ਲਾ ਕੇ ਅਤੇ ਉਸ ਤੋਂ ਬਾਅਦ ਵਿੱਚ ਆਉਣਗੇ। ਹੁਣ ਆਪਾਂ ਚੱਲੇ ਹਾਂ ਗੁਰਦੁਆਰਾ ਸਾਹਿਬ, ਡੈਡੀ ਹੁਣ ਵੀ ਸਾਰੇ ਰੈਡੀ ਨੇ, ਇੱਧਰ ਹਰਗੁਣ ਵੀ ਸਾਡੀ ਪਹੁੰਚ ਗਏ ਗੁਰਦੁਆਰਾ ਸਾਹਿਬ। ਮੈਨੂੰ ਤਾਂ ਲੱਗਾ ਲੇਟ ਹੋ ਗਏ ਹਾਂ, ਅੱਜ ਦੱਸਦੀ ਹੈ ਗੱਡੀ ਵਾਹੇ ਕਾਫੀ ਤੇਜ਼ ਚਲਾਈ, ਅੱਜ ਤੇਜ਼ ਚਲਾਈ, ਜਲਦੀ ਜਲਦੀ ਮੈਂ ਪਹੁੰਚ ਜਾਵਾਂਗੇ, ਪਰ ਪਹੁੰਚ ਗਏ ਚਲੋ ਟਾਈਮ ਦੇ ਨਾਲ ਹੀ। ਅਜੇ ਇੰਨੀ ਭੋਗ ਪਿਆ ਵੀ ਆਪਾਂ ਨੂੰ ਇਹ ਟੈਨਸ਼ਨ ਵੀ ਲੱਗਦਾ ਭੋਗ ਨਾ ਪੈਜੇ ਕਰੀ। ਆਪਾਂ ਜੀ ਫਿਲਹਾਲ ਚਾਰੇ ਜਾਣੇ ਆਏ, ਕਿਰਨ ਦੀਦੀ ਹੁਣੀ ਬਾਅਦ 'ਚ ਆਉਣਗੇ, ਥੋੜ੍ਹਾ ਟਾਈਮ ਰੁੱਕ ਕੇ ਸਤਿਗੁਰੂ ਕਾ ਦਰਸ਼ਨ ਸਫਲ ਹੈ। ਉਹਨਾਂ ਚਿਰ ਆਟਾ ਗੁੰਨ ਕੇ ਫੁਲਕੇ ਬਣਾ ਲਈਏ, ਕਿਉਂਕਿ ਤਿੰਨੇ ਜਣੇ ਹੈਗੇ ਰਲ ਮਿਲ ਕੇ ਕਰ ਲੈਂਦੇ ਹਾਂ, ਮੈਂ ਸੰਦੀਪ ਦੀ ਮੰਮੀ, ਬਾਕੀਆਂ ਨੇ ਅਜੇ ਲੇਟ ਆਉਣਾ ਆ। ਹਾਂਜੀ ਕੀ ਆ, ਹੁਣ ਆਟਾ ਛਾਣ ਲਾਂਗੇ ਇੱਥੇ। ਪਹਿਲਾਂ ਮੈਂ ਬੜੇ ਚਿਰਾਂ ਬਾਅਦ ਅੰਦਰ ਇੱਧਰ ਆਇਆ, ਨਹੀਂ ਤਾਂ ਪਹਿਲਾਂ ਸੇਵਾ ਕਰਦੇ ਰਹੇ ਹਾਂ। ਲੈ ਆ ਦੂਰ ਮਾਨ, ਮੰਮੀ ਛਾਨਣ ਲੱਗ ਗਿਆ ਆਟਾ, ਬਹਿ ਜਾਓ। ਲੈ ਵੀ ਮੈਂ ਤਾਂ ਆਪਣਾ ਕੰਮ ਕਰਤਾ, ਅੱਗ ਬਾਲਤੀ ਆ, ਜਿਹਨੂੰ ਮੇਜਰ ਫੈਂਸਿੰਗ ਕਹਿੰਦੇ। ਹੁਣ ਭੋਗ ਲਵਾ ਲਿਆਵਾਂਗੇ, ਪ੍ਰਸ਼ਾਦਾ ਪੱਕ ਗਿਆ ਉੱਪਰ ਲੈ ਜਾਈਏ। ਪਹਿਲਾਂ 5 ਫੁਲਕੇ ਜਲਦੀ ਜਲਦੀ 'ਚ ਬਣਾ ਲਏ ਸੀਗੇ, ਅਤੇ ਹੁਣ ਬਾਬਾ ਜੀ ਕਹਿੰਦੇ ਪਹਿਲਾਂ ਭੋਗ ਲਵਾ ਲਿਆਓ, ਜਾ ਕੇ ਲੇਟ ਹੋਣ ਡੇ ਤੁਸੀਂ। ਰਾਸ ਜੀਓ ਪਿੰਡ ਸਾਬ ਤੇਰੀ ਰਾਸ, ਮਾਤ ਪਿਤਾ ਹਮ ਬਾਲਕ ਤੇਰੇ। ਭੂਆ ਹੁਣੀ ਆ ਗਏ ਨੇ, ਹੁਣ ਸ਼ਕਰੇ ਬਾਬਾ ਜੀ ਪ੍ਰਸ਼ਾਦਾ ਭੋਗ ਲੱਗ ਗਿਆ ਵਾ। ਡੈਡੀ ਜੀ ਵੀ ਆ ਗਏ ਨੇ, ਹੁਣ ਸਮਾਪਤੀ ਹੋ ਗਈ ਹੈ ਖੰਡਪੁਰ ਸਾਹਿਬ ਦੀ। ਆਹ ਦੇਖੋ ਡੈਡੀ ਜੀ ਨੇ ਖਲੋਤੇ,
ਕਿਰਨ ਦੀਦੀ ਹੋਣੀ ਹੋ ਗਈ ਲੇਟ, ਕਿਉਂਕਿ ਉਹਨਾਂ ਦੀ ਕਿਰਨ ਦੀਦੀ ਹੋਣਾਂ ਦੀ ਦਰਾਣੀ ਜਿਹੜੀ ਉਹ ਠੀਕ ਨਹੀਂ ਆਈ, ਉਹਨੂੰ ਹੋਸਪਿਟਲ ਲੈ ਗਏ, ਇਸ ਕਰਕੇ ਉਹ ਫਿਰ ਲੇਟ ਹੋ ਗਿਆ। ਹੁਣ ਆਉਂਦੇ ਆ ਵੀ ਹੌਲੀ ਹੌਲੀ, ਟਾਈਮ ਤੁਹਾਨੂੰ ਪਤਾ ਲੱਗ ਜਾਂਦਾ, ਨਾਲੇ ਕਿਰਨ ਦੀਦੀ ਹੋਣਾਂ ਨੇ ਹੌਲੀ ਆਉਣਾ, ਛੋਟੀ ਗੱਡੀ ਆ ਵੀ, ਅਤੇ ਇਸ ਕਰਕੇ ਫਿਰ ਵੀ ਪੈਂਡਾ ਪੈ ਹੀ ਜਾਂਦਾ ਵਾ। 18 ਕਿਲੋਮੀਟਰ ਪੈ ਜਾਂਦਾ ਹੁਣ ਇੱਥੋਂ ਤੱਕ ਦੇ, ਹੁਣ 15-18 ਹੈਗੀ ਆ, ਹੋਣਾ ਹੀ 12-13 ਕਿਲੋਮੀਟਰ ਹੈਗਾ। ਫਿਰ ਵੀ ਉਹਨਾਂ ਆਹੋ ਸੱਚ ਉਹਨਾਂ ਦਾ ਘਰ ਤਾਂ ਨੇੜੇ, ਸੱਚ ਮੈਂ ਆਪਣੇ ਘਰ ਦਾ ਹਿਸਾਬ ਲਾਈ ਜਾਣਾ, ਸਾਨੂੰ ਪੈਂਦਾ ਇੰਨਾ ਹੈ ਨਾ, ਉਹਨਾਂ ਦਾ ਘਰ ਤਾਂ ਰਾਹ 'ਚ ਆ, ਅਤੇ ਉਹਨਾਂ ਨੂੰ ਨੇੜੇ ਪੈਂਦਾ। ਆਹੋ ਮੈਂ ਵਜੇ ਮਰੀ ਜਾਂਦੀ ਮੈਨੂੰ ਹਰਗੁਣ। ਬਸ ਆਪਾਂ ਤਾਂ ਫ੍ਰੀ ਹਾਂ ਵੀ, ਅਤੇ ਕਿਰਨ ਹੋਣੀ ਦੀਦੀ ਹੋਣਾ ਕਰਕੇ ਥੋੜ੍ਹਾ ਜਿਹਾ ਰੁਕੇ ਹਾਂ ਵੀ। ਇੰਨੀ ਕਿਰਪਾ, ਚੱਲ ਮਾਰੇ ਦੀ ਅੱਜ ਤੰਗ ਨਹੀਂ ਕੀਤਾ ਮੇਰੀ ਧੀ ਨੇ, ਅੱਜ ਤਾਂ ਪੂਰਾ ਵੀ ਮਾਈ ਮੁੰਡਾ ਲੱਗਣ ਡਿਆ ਨੀ, ਕਿੰਨੀ ਖੁਸ਼ ਹੋਇਆ, ਖੁਸ਼ ਬੜਾ ਹੁੰਦਾ ਜੀ। ਚਾਚੂ ਆਵੇ, ਚਾਚੂ ਕਿੱਥੇ, ਚਾਚੂ ਆਈ ਆਈ ਇੱਧਰ, ਚਾਚੂ 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 ਅਜੇ ਕਹਿਣਾ ਨਹੀਂ ਹੁੰਦਾ ਵੀ। ਕਿਰਨ ਦੀਦੀ ਹੁਣੀ ਵੀ ਆ ਗਏ ਨੇ, ਇਹ ਵਿਚਾਰੇ ਲੇਟ ਹੋ ਗਏ। ਦਰਅਸਲ ਤੁਹਾਨੂੰ ਦੱਸਣਾ ਸਿਮਰ ਠੀਕ ਨਹੀਂ ਆ, ਅਤੇ ਉਹਨੂੰ ਡਾਕਟਰ ਕੋਲ ਦਵਾਈ ਦਵਾਈ ਦਵਾਉਣ ਵਾਸਤੇ ਗਏ ਸੀ, ਹੁਣ ਠੀਕ ਆ, ਅਤੇ ਹੁਣ ਆਏ ਆ ਹੌਲੀ ਹੌਲੀ। ਉੱਦਾਂ ਮੈਂ ਇੱਥੇ ਵੇਲਾ ਕਨਾਲ ਦੇ ਲੱਗਣ ਡਿਆ ਠੰਡਾ ਠੰਡਾ, ਕਹਿੰਦਾ ਜੀ ਪੱਥਰ ਪੱਥਰ ਨੂੰ ਇਹ ਰੰਗ ਕਿੱਡਾ ਸੋਹਣਾ ਕੀਤਾ ਜੀ ਉਹ ਉੱਪਰ। ਜੀਜਾ ਜੀ ਹੁਣੀ ਕਹਿੰਦੇ ਤੁਹਾਡਾ ਪੁਰਾਣਾ ਘਰ ਵੇਖਣਾ, ਗਲੀਆਂ ਵੇਖਣੀਆਂ ਨੇ, ਅਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਅੱਜ ਦਿਖਾ ਦੇਣਾ ਉਹਨਾਂ ਨੂੰ, ਲੈ ਕੇ ਆਇਆ। ਮੈਂ ਤਾਂ ਕਈ ਵਾਰੀ ਮਿਲਾਇਆ ਵਾ ਤੁਹਾਨੂੰ ਆਪਣੇ ਘਰ ਦੇ ਨਾਲ, ਸਾਡਾ ਘਰ ਹੁੰਦਾ ਸੀ ਪੁਰਾਣਾ ਆਹ ਵਾਲਾ, ਹੁਣ ਕੀ ਦਿਖਾਉਣਾ ਭਾਅ ਜੀ ਹੁਣ ਦਿਖਾਉਣਗੇ। ਆਹ ਬੀਬੀ ਹੁਣਾਂ ਦਾ ਕਮਰਾ ਲਿਆ ਵੀ, ਇਹ ਅੱਜ ਵੀ ਮਨ ਭਰ ਆਇਆ, ਆਹ ਦਰਵਾਜ਼ੇ ਉਹੀ ਲੱਗੇ ਹੋਏ ਨੇ ਅਜੇ ਵੀ। ਆਹ ਇਹ ਬੀਬੀ ਜੀ ਦਾ ਕਮਰਾ ਹੁੰਦਾ ਸੀ, ਆਹ ਵੀ ਹੁੰਦਾ ਸੀ, ਇੱਕ ਇਹਦੇ ਨਾਲ ਹੁੰਦਾ ਸੀ, ਇਹ 3 ਹਿੱਸਿਆਂ 'ਚ ਵੰਡਿਆ ਗਿਆ ਨਾ ਘਰ, 3 ਹਿੱਸਿਆਂ 'ਚ ਵੇਚਿਆ, 14 ਮਰਲੇ ਜਗ੍ਹਾ ਹੁੰਦੀ ਸੀ, ਇੱਕ ਆਹ ਘਰ ਵੱਖਰਾ ਆ, ਇਹਦੇ ਨਾਲ ਵਾਲਾ ਵੱਖਰਾ, ਇੱਕ ਉਦੋਂ ਨਾਲ ਵਾਲਾ ਵੱਖਰਾ, ਨਹੀਂ ਤਾਂ ਸਾਰਾ ਖੁੱਲ੍ਹਾ ਹੁੰਦਾ ਸੀ, ਸਾਰਾ ਖੁੱਲ੍ਹਾ ਹੁੰਦਾ ਸੀਗਾ। ਆਹ ਆਹ ਕਮਰਾ ਸੀਗਾ, ਇੱਕ ਇਹਦੇ ਨਾਲ ਹੀ, ਇੱਕ ਇੱਥੇ ਹੀ ਕਮਰਾ, ਇੱਥੇ ਤੂੜੀ ਵਾਲਾ ਕਮਰਾ ਹੁੰਦਾ ਸੀ ਇੱਧਰ। ਸੰਦੀਪ ਤੈਨੂੰ ਦੱਸਾਂ ਕੰਮ, ਉਹ ਸੰਦੀਪ ਤੈਨੂੰ ਮੈਂ ਦੱਸਾਂਗਾ ਜਿੱਥੋਂ ਮਤਲਬ ਮੈਂ ਡਿੱਗਾ ਨਹੀਂ, ਤੈਨੂੰ ਹੁਣ ਉਹ ਵੀ ਦੱਸਦਾ ਜਿੱਥੋਂ ਮੈਂ ਛਾਲ ਮਾਰੀ ਸੀ। ਆਹ ਵੇਖੋ ਭਾਅ ਜੀ, ਬਾਥਰੂਮ ਬਣੇ ਹੋਏ ਪੁਰਾਣੇ, ਸਭ ਟੁੱਟ ਟੁੱਟ ਗਏ ਹੁਣ ਤਾਂ, ਇੱਥੇ ਨਿੱਕੇ ਹੁੰਦੇ ਤਾਂ ਮੇਰੇ ਪੈਰ ਲਵਾਏ ਸੀ ਡੈਡੀ ਹੁੰਦੇ ਉਹ ਤੇ। ਇਹ ਆਪਣੇ ਵਾਲੇ ਕਮਰੇ 'ਚ ਆ ਗਏ ਆਪਾਂ, ਇਹ ਸਾਡੇ ਵਾਲਾ ਕਮਰਾ ਹੁੰਦਾ ਸੀਗਾ, ਆਹ ਡੈਡੀ ਹੁਣ ਦੇ ਹੱਥਾਂ ਦੇ ਪੱਲੇ ਚੜੇ ਹੋਏ ਆ ਸਾਰੇ, ਹੁਣ ਟੁੱਟ ਟੁੱਟ ਗਏ, ਕੀ ਕਰਨਾ, ਮਾਲੇ ਬੋਲੇ ਛੱਤਾਂ ਛੱਤਾਂ ਸਭ ਲਾਹ ਤੀਆਂ ਨੇ। ਆਹ ਸਲੈਪਾਂ ਬਈ, ਇੱਥੇ ਬੜਾ ਸਮਾਨ ਰੱਖਿਆ, ਇੱਥੇ ਮੰਮੀ ਇੱਥੇ ਮੈਂ ਚੜ੍ਹ ਕੇ ਨਾ ਸਮਾਨ ਲਾਉਂਦੇ ਹੁੰਦੇ, ਪਤਾ ਇੱਥੇ ਬਹੁਤ ਸਮਾਨ ਰੱਖਿਆ ਹੁੰਦਾ ਸੀ, ਬਹੁਤ ਸਾਰਾ ਹੀ। ਹੁਣ ਤਾਂ ਭਾਅ ਜੀ ਹੁਣ ਉਹਨੂੰ ਘਰ ਦਿਖਾ ਤਾ, ਹੁਣ ਚਾਚਾ ਜੀ ਦੀ ਬੇਟੀ ਨੂੰ ਘਰੇ ਲੈ ਜਾਵਾਂਗੇ ਆਪਾਂ, ਕਹਿੰਦੀ ਮੈਂ ਜਾਣਾ ਆ ਨਾਲ, ਉਹਨੂੰ ਲੈ ਜਾਵਾਂਗੇ ਹੁਣ ਆਪਾਂ। ਅਤੇ ਗੱਡੀ ਆਪਣੀ ਉਹ ਲੱਗੀ ਆ, ਉੱਧਰ ਸਾਡੇ ਭਾਅ ਜੀ ਉਹਨਾਂ ਦੀ ਲੱਗੀ, ਅਗਲੀ ਸਾਈਡ ਗੱਡੀ ਉਹ ਵੀ ਆ ਗਏ ਨੇ, ਉਹ ਲੱਗੀ ਹੋਈ ਅੱਗੇ। ਪਹੁੰਚ ਗਏ ਆਪਾਂ ਬਟਾਲੇ, ਮੈਂ ਕਿਹਾ ਵੀ ਰੋਹ ਪੀ ਲਈ, ਸੰਦੀਪ ਕਹਿੰਦੀ ਰੋਹ ਪੀਣੀ, ਮੈਂ ਕਿਹਾ ਚਲੋ ਕੋਈ ਨਹੀਂ, ਅਸੀਂ ਵੀ ਪੀ ਲੈਂਦੇ ਹਾਂ, ਅਤੇ ਡੈਡੀ ਕਹਿੰਦੇ ਮੈਂ ਨਹੀਂ ਪੀਣੀ, ਮੈਂ ਤਾਂ ਨਹੀਂ ਨਹੀਂ ਡੈਡੀ ਕਹਿੰਦੇ ਨਹੀਂ ਪੀਣੀ ਵੀ, ਪੀਣੀ ਅੱਜ ਰੋਹ ਹੈ, ਬੜੀ ਛੇਤੀ ਮੈਂ ਕਹਿੰਦਾ ਖਿੱਚਿਆ ਕੰਮ ਹੈ, ਸ਼ੂਗਰ ਤੇ ਆਪੇ 400 ਹੋਣੀ ਹੈ, ਗਲਾਸ ਚੁੱਕ ਲਿਆ। ਮੈਂ ਚੱਲਿਆ ਆ ਜੀ ਆਰ ਵਾਲੇ ਮੋਏ, ਆਪਣਾ ਮੋਬਾਈਲ ਵਾਲਾ ਮੈਂ ਸ਼ੋਰੂਮ ਆ, ਉੱਥੇ ਚੱਲਿਆ ਆ। ਉਹਨਾਂ ਕੋਲ ਸੈਕਿੰਡ ਹੈਂਡ ਅਤੇ ਨਵੇਂ ਆਈਫੋਨ ਮਿਲ ਜਾਂਦੇ, ਵੈਸੇ ਕਿ ਕੋਈ ਵੀ ਬ੍ਰਾਂਡ ਹੋਵੇ ਮਿਲ ਜਾਂਦਾ, ਸੈਮਸੰਗ ਓਪੋ ਵੀਵੋ ਕੋਈ ਵੀ ਚਾਹੀਦਾ ਫੋਨ ਮਿਲ ਜਾਂਦਾ ਆ। ਅਤੇ
ਕਹਿੰਦੇ ਉਹਨਾਂ ਨੇ ਫਾਈਨੈਂਸ ਦਾ ਕੰਮ ਹੀ ਸ਼ੁਰੂ ਕੀਤਾ ਹੈ ਅਤੇ ਮੇਰਾ ਦੋਸਤ ਹੀ ਮੇਰੇ ਨਾਲ ਪੜ੍ਹਦਾ ਰਿਹਾ, ਆਪਾਂ ਇਕੱਠੇ ਪੜ੍ਹਦੇ ਰਹੇ ਹਾਂ ਅਤੇ ਕਲਾਸਮੇਟ ਹੀ ਮੇਰਾ, ਅਤੇ ਹੁਣ ਉਹਦੇ ਕੋਲ ਚੱਲੇ ਹਾਂ, ਦੇਖਦੇ ਹਾਂ ਮੋਬਾਈਲ ਮੋਬਾਈਲ ਆਪਣਾ ਉੱਤੇ ਬਜਾਜ ਕਾਰਡ 'ਤੇ ਦਿੰਦੇ ਆ ਜਾਂ ਨਹੀਂ, ਪਤਾ ਨਹੀਂ ਜਾਂ ਆਧਾਰ ਕਾਰਡ 'ਤੇ ਦਿੰਦੇ ਜਾਂ ਕਿੱਦਾਂ ਆ, ਪੂਰੀ ਇਨਫੋਰਮੇਸ਼ਨ ਜਿਹੜੀ ਮੈਂ ਵਲੋਗ ਦੇ ਵਿੱਚ ਤੁਹਾਨੂੰ ਦੱਸਾਂਗਾ, ਜੇ ਕਿਸੇ ਨੇ ਲੈਣਾ ਹੋਵੇ ਫਿਰ ਬਟਾਲੇ ਜਾਣ ਕੇ ਤੁਸੀਂ ਲੈ ਸਕਦੇ ਹੋ, ਕਿਉਂਕਿ ਮੈਨੂੰ ਤਾਂ ਉਹ ਬੰਦੇ ਜੈਨੂਅਨ ਲੱਗਦੇ, ਨਾ ਬੈਟਰੀ ਬੈਕ ਬੁੱਕ ਵੱਜੀ ਹੁੰਦੀ, ਨਾ ਕੁਛ, ਮਤਲਬ ਕਈ ਵਾਰ ਦੇ ਫੋਨ ਖਰਾਬ ਹੋ ਜਾਂਦੇ ਨਾ ਜਲਦੀ ਬੈਟਰੀਆਂ ਦੀ ਪ੍ਰੋਬਲਮ ਦੀ, ਉਹ ਚੀਜ਼ ਇਹਨਾਂ ਦੀ ਮੈਂ ਗਰੰਟੀ ਚੁੱਕਦਾ ਕਿ ਇਹ ਬੰਦੇ ਸਹੀ ਨੇ ਯਾਰ, ਇਹ ਠੱਗੀ ਵਾਲਾ ਕੰਮ ਨਹੀਂ ਕਰਦਾ। ਹਾਂ ਪੈਸੇ ਲੈਂਦੇ ਆ ਜ਼ਰੂਰ, ਮਤਲਬ 1,000-2,000 ਰੁਪਏ ਵੱਧ ਜ਼ਰੂਰ ਲੈ ਲੈਂਦੇ, ਪਰ ਇਹ ਵੀ ਫੋਨ ਚੰਗਾ ਨਿਕਲਦਾ, ਆਈਫੋਨ ਖਾਸ ਕਰਕੇ ਬਹੁਤ ਵਧੀਆ ਨਿਕਲਦਾ ਇਹਨਾਂ ਕੋਲ, ਅਤੇ ਲਗਭਗ ਮੈਂ ਤਾਂ ਜ਼ਿਆਦਾ ਇਹਨਾਂ ਕੋਲ ਆਈਫੋਨ ਹੀ ਲਏ ਆ, ਅਤੇ ਇੱਕ ਵਨ ਪਲੱਸ ਲਿਆ ਸੀ ਉਹ ਵੀ ਵਧੀਆ ਨਿਕਲਿਆ, ਵੈਸੇ ਫਿਲਹਾਲ ਕਿਰਨ ਚਲਾ ਰਿਹਾ, ਉਹ ਸੰਦੀਪ ਚਲਾ ਰਹੀ ਆ ਉਹ, ਅਤੇ ਹੁਣ ਚੱਲੀਏ ਇਹਨਾਂ ਕੋਲ ਆਹਲੇ ਭਾਈਆਂ ਦੀ ਹੱਟੀ, ਜਦੋਂ ਸਾਰਿਆਂ ਨੂੰ ਪਤਾ ਆ ਇਹਦੇ ਨਾਲ ਜਿਹੜੀ ਗਲੀ ਆ ਉੱਧਰ ਜੀਆਰ ਵਾਲਿਆਂ ਦੀ ਦੁਕਾਨ ਆ, ਉਹ ਸਾਹਮਣੇ, ਆਹ ਸਾਹਮਣੇ ਇਹ ਦੁਕਾਨ ਆ, ਦੇਖ ਸਕਦੇ ਆ ਇਹ ਲੱਗੇ ਮੋਬਾਈਲ ਸਾਰੇ। ਹਾਂਜੀ ਮੈਂ ਕਿਹਾ ਉਹ ਦੂਜੀ ਓਰੀਜਨਲ ਕੇਬਲ ਦਿੱਤੀ ਜੀ ਇਹਨਾਂ ਨੂੰ, ਡੱਬੇ ਵਾਲੀ ਮੈਂ ਗਿਆ ਸੀਗਾ ਜੀ ਵਾਲਿਆਂ ਦੇ, ਅਤੇ ਮੋਬਾਈਲ ਤਾਂ ਸੈਕਿੰਡ ਹੈਂਡ ਉਹਨਾਂ ਕੋਲ ਮਿਲ ਜਾਂਦੇ ਨੇ 13-14, ਇੱਥੋਂ ਤੱਕ ਅਜੇ 15 ਤਾਂ ਆਇਆ ਨਹੀਂ, ਮਿਲ ਤਾਂ ਵੈਸੇ 15ਵੇਂ ਸੈਕਿੰਡ ਹੈਂਡ ਜਾਊਗਾ ਵਾਰੰਟੀ ਦੇ ਵਿੱਚ। ਅਤੇ ਬਜਾਜ ਕਾਰਡ 'ਤੇ ਇਹ ਆ ਵੀ ਤੁਸੀਂ ਉਹ ਲਾ ਲਓ ਹਿਸਾਬ, ਜੇ ਤੁਸੀਂ 15 ਲੈਂਦੇ ਜੀ 100 ਰੁਪਈਆ ਉਹ ਹੀ ਇੱਕ ਦਿਨ ਦਾ, ਅਤੇ ਮਹੀਨੇ ਦੇ 3100-3200 ਰੁਪਈਆ ਜਿਹੜੀ ਕਿਸ਼ਤ ਵਾ ਉਹ ਵੱਜਣੀ ਹੈ, ਉਹ ਜਿਹੜਾ ਰੌਲਾ ਪੈਂਦਾ 100 ਰੁਪਈਏ 104 ਰੁਪਈਏ ਇੱਦਾਂ 105 ਇੱਦਾਂ ਬਣੂਗੇ, ਕਈਆਂ ਦੇ 120 ਇੱਦਾਂ ਉਹ ਹਿਸਾਬ ਨਾਲ ਆ ਵੀ। ਅਤੇ ਬਾਕੀ ਬਜਾਜ ਕਾਰਡ 'ਤੇ ਆ ਪਰ ਠੀਕ ਹੈ, ਬਜਾਜ ਕਾਰਡ ਬਣਿਆ ਹੋਣਾ ਚਾਹੀਦਾ, ਜੇ ਨਹੀਂ ਬਣਿਆ ਉਹ ਬਣਾ ਦੇਣਗੇ ਵੀ। ਮੋਬਾਈਲ ਜਿਹੜਾ ਮਰਜ਼ੀ ਮਿਲ ਜੂਗਾ, ਜੇ ਕਿਸੇ ਨੇ ਵਿੱਚ ਮੋਬਾਈਲ ਕਟਾਉਣਾ ਵੀ ਆ ਉਹ ਵੀ ਆਪਣਾ ਕੱਟ ਲੈਣਗੇ ਉਹ, ਅਤੇ ਨੰਬਰ 'ਤੇ ਉਹਨਾਂ ਦਾ ਮੈਂਸ਼ਨ ਕੀਤਾ ਸੀਗਾ, ਤੁਹਾਨੂੰ ਮੈਂ ਲੋਕੇਸ਼ਨ ਵਿਖਾਈ ਹੈ ਅਤੇ ਨੰਬਰ ਤੁਸੀਂ ਦੇਖ ਲਿਓ ਖੁਦ ਹੀ। ਅਤੇ ਮੈਂ ਆਪ ਫੋਨ ਪਤਾ ਕਰਨ ਵਾਸਤੇ ਗਿਆ, ਮੈਂ ਕਿਹਾ ਮੈਂ ਵੀ ਲੈਣਾ ਆ, ਮੈਂ ਲਊਂਗਾ ਹੁਣ ਫੋਨ ਉਹ ਹੀ 26-27 ਤਰੀਕ ਦੇ ਲਾਗੇ ਚੱਕ ਕੇ, ਕਿਉਂਕਿ ਇਹ ਤੋਂ ਪਹਿਲਾਂ ਤਾਂ ਅਜੇ ਨਹੀਂ ਲਿਆ ਜਾਣਾ, ਮੈਂ ਵੀ ਕਿਸ਼ਤਾਂ 'ਤੇ ਲਊਂਗਾ ਅਰਕਾ। ਆ ਗਏ ਜੇ ਘੁੰਮ ਕੇ ਬਾਹਰ ਨੂੰ ਗਏ, ਚਾਚਾ ਜੀ ਦੀ ਬੇਟੀ ਦੇ ਨਾਲ ਘੁੰਮਣ ਗਈ, ਘੁੰਮ ਕੇ ਆ ਗਈ ਹੁਣੇ। ਇਹ ਦੇਖੋ ਬਸ ਕਹਿੰਦੀ ਮੈਨੂੰ ਹੋਟੇ ਦੇਈ ਜਾ। ਕਈ ਜਾਣੇ ਦੇ ਕਮੈਂਟ ਆਏ ਵੀ ਗੁੜੀਆ ਦੀ ਡੇਲੀ ਦੀ ਰੂਟੀਨ ਵਲੌਗ ਬਣਾਓ, ਅਤੇ ਕੋਸ਼ਿਸ਼ ਕਰਾਂਗਾ ਕੱਲ੍ਹ ਜੇ ਫ੍ਰੀ ਹੋਇਆ ਤਾਂ ਫਿਰ ਕੱਲ੍ਹ ਡੇਲੀ ਰੂਟੀਨ ਬਣਾਊਂਗਾ ਵਲੌਗ ਇਹਦਾ ਇੱਕ, ਠੀਕ ਆ ਹਰਗੁਣ। ਬੋਲੀਆਂ ਚੱਲ ਹੁਣ ਘਰੇ, ਬਸ ਹੁਣ ਬੁੜੀਆ ਹੋ ਕੀ ਕਰ ਗਿਆ, ਖੁਸ਼ ਹੋਏ ਕਿ ਉਹ ਆ ਗਈ ਘੁੰਮ ਕੇ, ਗਈ ਬੜੇ ਚਿਰ ਦੀ ਗਈ ਘੁੰਮਣ, ਹਾਂ ਆ ਗਈ ਆ ਘੁੰਮ ਕੇ। ਚੱਲੀ ਬਾਜ਼ਾਰ, ਹੁਣ ਚੱਲੇ ਬਾਜ਼ਾਰ, ਬਸ ਇੱਕ ਨਵਾਂ ਆਂਟੀ ਪਾਪਾ ਪਾਪਾ ਕਿੱਥੇ ਪਾਪਾ 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 ਪਾਪਾ, ਇਹ ਮੇਰਾ ਪੁੱਤ ਪਾਪਾ। ਚਲੋ ਚੱਲੀਏ ਬਾਹਰ ਨੂੰ, ਜੀਜੀ ਆਈ ਬਾਹਰ ਜਾ ਕੇ, ਜੀਜੀ ਆਈ ਹੈਂ, ਚਾਚਾ ਦੀ ਬੇਟੀ ਆਈ, ਹੁਣ ਉਹਨੂੰ ਬਾਜ਼ਾਰ ਲੈ ਕੇ ਚੱਲੇ, ਕੁਛ ਨਾ ਕੁਛ ਖਵਾ ਲਈਏ, ਮੈਂ ਕਿਹਾ ਆਈਏ ਪਿੰਡੋਂ ਦੇ। ਚਲੋ ਚੱਲੀਏ, ਚਲੋ ਚਲੋ ਮੰਮਾ ਕੋ ਜਾਓ, ਮਾਮਾ ਇਹ ਨਾ ਸੱਚ ਦੰਦੀਆਂ ਬੜੀਆਂ ਕਰੀਚਦੀ ਹੈ, ਅਤੇ ਇਹ ਕਿਉਂ ਕਰੀਚਦੀ ਹੈ ਸਾਰੇ ਜਾਣੇ ਜ਼ਰੂਰ ਦੱਸਿਓ, ਵੀ ਬੜੀਆਂ ਦੰਦੀਆਂ ਕਰੀਚਦੀ, ਕਿਰਚ ਕਿਰਚ ਕਰਦੀ ਬੜਾ। ਕਾਕਾ ਚਲੋ ਜ਼ਿਆਦਾ ਦੂਰ ਤਾਂ ਕਿਤੇ ਜਾਣਾ ਨਹੀਂ, ਇੱਥੇ ਨੇੜੇ ਹੀ ਆ ਵੀ,
ਤੇ ਸੌਫਟ ਵਗੈਰਾ ਖਵਾ ਲਿਆਉਂਦੇ ਹਾਂ ਜਾਂ ਹੋਰ ਕੁਛ ਦੇਖ ਲਾਂਗੇ ਰਸਤੇ 'ਚ, ਜੋ ਇਹਨੂੰ ਪਸੰਦ ਹੋਊਗਾ ਉਹ ਖਵਾ ਦਾਂਗੇ। ਮੈਂ ਕਿਹਾ ਆਈ ਆ ਸਾਡੇ ਕੋਲ, ਇੱਕ ਵਾਰੀ ਪਹਿਲਾਂ ਆਈ ਸੀ ਰਹਿਣ ਇੱਕ ਦੋ ਦਿਨ, ਅਤੇ ਮੈਨੂੰ ਮੈਂ ਤਾਂ ਇੱਕ ਦੋ ਦਿਨ ਹੁਣ ਰਹੂਗੀ ਸਾਡੇ ਕੋਲ ਬਸ, ਉਸ ਤੋਂ ਬਾਅਦ ਚੱਲੀ ਜਾਣਾ ਇਹਨੇ। ਹੁਣ ਚੱਲੇ ਹਾਂ ਆਪਾਂ, ਕੀ ਖਾਏਗੀ ਤੂੰ ਪਹਿਲਾਂ? ਸੌਫਟੀ ਕੇ ਨਿਊਡਲ ਕੇ ਬਰਗਰ ਕੇ ਮੋਮੋਸ ਕੇ ਡੋਸਾ? ਨਹੀਂ ਸੀਰੀਅਸਲੀ ਆਪਾਂ ਉਧਰਲੀ ਸਾਈਡ, ਫਿਰ ਉਧਰਲੇ ਮਤਲਬ ਏਰੀਆ ਵੱਲ ਜਾਵਾਂਗੇ ਨਾ, ਹੁਣ ਰੇਹੜੀ ਮਾਰਕੀਟ ਵੱਲ ਜਾਵਾਂਗੇ ਜੇ ਮਤਲਬ ਤੂੰ ਡੋਸਾ ਖਾ ਲੈਂਦੀ, ਸਵਾਦ ਹੁੰਦਾ। ਚੱਲ ਫਿਰ, ਕੁੜੀ ਕਹਿੰਦੀ ਹੈ ਮੈਂ ਡੋਸਾ ਖਾਣਾ, ਡੋਸਾ ਖਵਾ ਦਈਏ ਕੁੜੀ ਨੂੰ। ਇੱਧਰ ਹੋ ਗਈ ਆਪਣੀ ਚਾਂਪ, ਅਤੇ ਆਪਣੀ ਆ ਗਈ ਚਾਂਪ, ਮੈਂ ਤਾਂ ਚਾਂਪ ਹੀ ਖਾਊਂਗਾ ਵੀ, ਸੰਦੀਪ ਜੀ ਫੇਵਰੇਟ ਹੈਗਾ ਡੋਸਾ, ਸੰਦੀਪ ਡੋਸਾ ਖਾਊਗੀ। ਇੱਥੇ ਹੁਣ ਕਰਾਲੀਆਂ ਸੌਫਟੀ, ਮੈਂ ਕਿਹਾ ਚੱਲ ਗੁੜੀਆ ਆਈ ਆ ਵਿਚਾਰੀ, ਅਤੇ ਉਹਨੂੰ ਆਈਸਕ੍ਰੀਮ ਖਵਾ ਦਈਏ ਬਟਾਲੇ ਦੀ ਫੇਮਸ। ਉਹ ਬੈਠੀ ਮੰਮੀ ਹੁਣ ਜਗ੍ਹਾ ਤੋਂ ਬਰਗਰ ਲੈ ਲਈਏ ਵੀ। ਮੈਂ ਕਿਹਾ ਕੁੜੀ ਆਈ ਆ, ਇਹ ਨਾ ਆਖੇ ਸਾਨੂੰ ਕੁਛ ਖਵਾਇਆ ਨਹੀਂ, ਤਾਂ ਮੈਂ ਕਿਹਾ ਚੱਲ ਆ ਚੱਲੀਏ। ਮੈਂ ਤਾਂ ਪੁੱਛਦਾ ਰਿਹਾ ਹੋਰ ਕੀ ਖਾਣਾ, ਕਹਿੰਦੀ ਨਹੀਂ ਬਸ ਮੈਂ ਰੱਜ ਗਈ। ਉਹਨੂੰ ਕਹਿ ਦੱਸ, ਉਹਨੂੰ ਕਹਿ ਉਹ ਬਸ ਜੀ ਲਾਉਣ ਵਾਸਤੇ ਤੇ ਬਸ ਹੁਣ ਘੁਮਾਉਣ ਗਏ। ਕਹਿੰਦੇ ਪੁੱਛਿਆ ਇਹਨੂੰ ਮੈਂ, ਮੈਂ ਦੱਸ ਹੋਰ, ਕਹਿੰਦੀ ਨਹੀਂ ਬਸ। ਚੱਲ ਹਾਏ ਬਿੱਲੀ ਆ ਗਈ, ਬਿੱਲੀ ਆ ਗਈ, ਹਾਏ ਬਿੱਲੀ ਆ ਗਈ, ਬਿੱਲੀ ਆ ਗਈ, ਬਿੱਲੀ ਆ ਗਈ, ਬਿੱਲੀ ਆ ਗਈ, ਹਾਏ ਬਿੱਲੀ ਆ ਗਈ, ਭੱਜ ਗਈ, ਭੱਜ ਗਈ, ਡਰਦੀ ਮਾਰੀ ਭੱਜ ਗਈ। ਵੇਖਦਾ ਇਹਦਾ ਨਾਲ ਲੱਗੀ ਹੈ ਬਰਫ਼ 'ਚ, ਵੇਖਦਾ ਲੱਗੀ। ਰੋਜਾ ਰੋਜਾ ਸੰਦੀਪ, ਹੁਣ ਰੋਜਾ ਰੋਜਾ, ਸੰਦੀਪ ਨੇ ਉੱਪਰ ਜਾ ਫੈਵਰੇਟ ਲਗਾਈ ਨਾ, ਡਰ ਗਈ ਬਾਜੀ ਨਾ ਪਵਾਲੀ ਕਿਤੇ ਐਵੇਂ ਹੀ ਬਾਜੀ ਪੈ ਲਈ ਨਾ ਵਿਛਾਂ ਨੂੰ। ਲੈ ਲੈ ਹੁਣ ਇਹਨੇ ਫੋਨ ਨਹੀਂ ਚਲਾਉਣ ਦੇਣਾ, ਵੇਖਿਆ ਹੁਣ ਫੋਨ ਫੜਨਾ, ਇਹ ਉਹ ਫੜ ਲਿਆ ਜੀ, ਬਸ ਆਹ ਹਾਲ ਜੇ। ਕਾਂ ਲੈ ਗਿਆ, ਨੀਂਦ ਪੂਰੀ ਆਈ ਆ, ਵੇਲਾ ਸੌਣ ਨੀ ਡਈ। ਕਾਂ ਲੈ ਗਿਆ ਫੋਨ, ਕਾਂ ਲੈ ਗਿਆ ਰਾਜੇ, ਆਹ ਵੀ ਖਾਣ ਡਈ। ਸੁਣ ਅਰਗੁਣ, ਅਰਗੁਣ ਉਹ ਦਾਦਾ, ਦਾਦਾ ਉਹ ਗਏ, ਗਏ ਦਾਦਾ, ਉਹ ਚਲ ਗਏ ਦਾਦਾ। ਓ ਦਾਦਾ ਆ ਗਈ, ਓ ਦਾਦਾ ਬਾਏ ਕਰ ਦੋ, ਜਾਓ 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 ਜਾਓ, ਤੁਰਕੀ ਤੁਰਪੀ 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 ਤੁਰਪੀ, ਚੱਲ 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 ਚੱਲ, ਓ ਵੈਰੀ ਗੁੱਡ ਏ, ਵੈਰੀ ਗੁੱਡ ਏ, ਮੇਰਾ ਪੁੱਤ ਤੁਰ ਪਿਆ ਜੀ ਅੱਜ, ਵੈਰੀ ਗੁੱਡ, ਵੈਰੀ ਗੁੱਡ। ਚਲੋ ਫੇਰ ਫੇਰ ਜਾਓ ਦਾਦੂ ਕੋ, ਏ ਉਹ ਤੇਰੀ ਡਿੱਗ ਪਿਆ ਪੁੱਤ। ਤੁਰਨ ਤੁਰਨ ਡਿਆ ਆਪਣਾ ਮੈਨੂੰ, ਮੈਂ ਤਾਂ ਵੀ ਹੋਰ 15 ਦਿਨਾਂ ਦੀ ਗੇਮ ਆ। ਪਛਾਣ ਬਲਟੀ ਪੈ ਗਈ, ਸੰਦੀਪ ਇੱਧਰ ਵੇਖ, ਜਲਦੀ ਵੇਖੀ ਸੰਦੀਪ, ਓਹ ਡਿੱਗ ਪਈ ਓ, ਦਾਦੂ ਬੁਲਾਉਂਦੇ ਅਜੇ ਤੁਰਦੀ ਹੁਣ। ਚਾਹ ਪੀਣੀ ਮੈਂ ਬਣਾ ਦਿੰਦਾ ਵਾ ਜੀ, ਪੀਣੀ ਕੋਈ ਗੱਲ ਨਹੀਂ ਮੈਂ ਬਣਾ ਕੇ ਦਿੰਦਾ। ਹਾਏ ਬਿੱਲੀ ਆ ਗਈ, ਬਿੱਲੀ ਆ ਗਈ, ਬਿੱਲੀ ਆ ਗਈ, ਬਿੱਲੀ ਆ ਗਈ, ਮੇਰੇ ਵੱਲ ਭੱਜੀ ਆਈ, ਮੇਰੇ ਵੱਲ ਨੂੰ ਭੱਜੀ ਆਈ। ਆਹ ਇਹਨੇ ਤੈਨੂੰ ਬੜਾ ਸਤਾਉਣਾ, ਇਹਨੇ ਇਹਨੇ ਵੇਖੀ ਸਹੀ,
ਭਾਵੇਂ ਤੇਰੇ ਮੂੰਹ ਦੇ ਉੱਤੇ ਲੱਤਾਂ ਰੱਖ ਗਏ ਦਾ ਕੋਈ ਪਤਾ ਨਹੀਂ ਢਿੱਡੀ ਸਾਡੀ ਦਾ ਆ ਵੀ ਦਾਦਾ ਦਾਦਾ ਵੀ ਦਾਦਾ ਕਿਆ ਕਦੋਂ ਦਾਦਾ ਦਾਦਾ ਓਏ ਦਾਦਾ ਚੈਨਲ ਨੂੰ ਸਾਰੇ ਜਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਤੋਂ 3 ਲੱਖ ਕਰ ਦਿਓ ਸਬਸਕ੍ਰਾਈਬ ਬਸ ਹੋਣੀ ਵਾਲੀ ਆ ਜਲਦੀ ਜਲਦੀ ਕਰ ਦਿਓ ਸਾਰੇ ਜਣੇ।